ਰੂਸ ਤੋਂ ਘੁੰਮਣ ਆਈ ਇੱਕ ਰਸ਼ੀਅਨ ਲੜਕੀ ਦਾ ਫਗਵਾੜਾ ਦੇ ਰੇਲਵੇ ਸਟੇਸ਼ਨ ਵਿਖੇ ਪਰਸ ਖੋਹ ਲਿਆ ਗਿਆ। ਜਿਸ ਬਾਰੇ ਦੱਸਦੇ ਹੋਏ ਸਮਾਜ ਸੇਵੀ ਸੰਸਥਾ ਦੇ ਮੈਨੇਜਰ ਨੇ ਦੱਸਿਆ ਕਿ ਉਹ ਅਕਸਰ ਹੀ ਲੋਕਾਂ ਨੂੰ ਅਧਿਆਤਮਕ ਗਿਆਨ ਲਈ ਭਾਰਤ ਦੀ ਯਾਤਰਾ 'ਤੇ ਲੈ ਕੇ ਜਾਂਦੇ ਨੇ ਅਤੇ ਉਹਨਾਂ ਨੂੰ ਭਾਰਤ ਅਤੇ ਪੰਜਾਬ ਦੇ ਵੱਖ ਵੱਖ ਅਧਿਆਤਮਕ, ਧਾਰਮਿਕ ਅਤੇ ਇਤਿਹਾਸਕ ਸਥਾਨਾਂ 'ਤੇ ਲੈ ਕੇ ਜਾਂਦੇ ਹਨ। ਪਰ ਹਾਲ ਹੀ ਵਿੱਚ ਜਦੋਂ ਉਹ ਰਿਸ਼ੀਕੇਸ਼ ਤੋਂ ਜਲੰਧਰ ਵਾਪਸ ਆ ਰਹੇ ਸਨ ਤਾਂ ਫਗਵਾੜਾ ਵਿਖੇ ਉਹਨਾਂ ਨਾਲ ਭਾਰਤ ਦੀ ਸੈਰ 'ਤੇ ਆਈ ਇੱਕ ਰਸ਼ੀਅਨ ਲੜਕੀ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਪਰਸ ਖੋਹ ਲਿਆ, ਜਿਸ ਵਿੱਚ 3 ਲੱਖ ਰੁਪਏ ਤੋਂ ਵੱਧ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਤੋਂ ਇਲਾਵਾ ਪਾਸਪੋਰਟ, ਬੈਂਕ ਕਾਰਡ ਵੀ ਸੀ। ਉਸਨੇ ਦੱਸਿਆ ਕਿ ਪੰਜਾਬ ਵਿੱਚ ਬਣੇ ਇਸ ਮਾਹੌਲ ਨਾਲ ਉਹ ਲੜਕੀ ਕਾਫੀ ਤਣਾਅ ਵਿੱਚ ਹੈ, ਜਿਸ ਸੰਬੰਧੀ ਉਸਨੇ ਕਪੂਰਥਲਾ ਪੁਲਿਸ ਨੂੰ ਸੂਚਿਤ ਕੀਤਾ ਸੀ, ਜਿਨ੍ਹਾਂ ਨੇ ਬਾਅਦ ਵਿੱਚ ਉਹਨਾਂ ਨੂੰ ਫਗਵਾੜਾ ਪੁਲਿਸ ਨੂੰ ਸੂਚਿਤ ਕਰਨ ਲਈ ਕਿਹਾ ਗਿਆ। ਸਾਡੇ ਨਾਲ ਐਕਚੁਲੀ ਅਸੀਂ ਆਏ ਸੀਗੇ ਰਿਸ਼ੀਕੇਸ਼ ਤੋਂ, ਸਾਡੀ ਟ੍ਰੇਨ ਸੀਗੀ ਆਪਣੇ ਜਲੰਧਰ ਵਾਸਤੇ, ਅਤੇ ਅਸੀਂ ਫਗਵਾੜੇ ਜਦੋਂ ਉਤਰੇ ਹਾਂ ਟ੍ਰੇਨ 'ਚੋਂ, ਸਾਨੂੰ ਜਿੱਦਾਂ ਰਿਸੀਵ ਕਰਨ ਵਾਸਤੇ ਮੁੰਡਾ ਆਇਆ ਮੇਰਾ ਫਰੈਂਡ, ਅਤੇ ਉਸ ਤੋਂ ਪਹਿਲਾਂ ਹੀ ਅਸੀਂ ਪਲੇਟਫਾਰਮ ਦੇ ਉੱਤੇ ਉਤਰੇ ਹੀ ਹਾਂ। ਉੱਥੇ ਹੀ ਸਾਡੇ ਨਾਲ ਇੱਕ ਮੈਡਮ ਸੀ ਮੇਰੇ ਨਾਲ, ਇਹਨਾਂ ਨਾਲ ਸਨੈਚ ਕਰ ਲਿਆ, ਇਹਨਾਂ ਦਾ ਬੈਗ ਸਨੈਚ ਕਰਕੇ ਭੱਜ ਗਏ ਲੋਕ। ਇਹ ਵੀ ਰਸ਼ੀਆ ਤੋਂ ਆਏ? ਹਾਂਜੀ, ਰਸ਼ੀਆ ਤੋਂ। ਪਹਿਲੀ ਵਾਰ ਆਏ ਇੱਥੇ? ਇਹ ਨਹੀਂ, ਸੈਕਿੰਡ ਟਾਈਮ। ਫਿਰ ਉਸ ਤੋਂ ਬਾਅਦ? ਉਸ ਤੋਂ ਬਾਅਦ ਕਾਫੀ ਅਸੀਂ ਉੱਥੇ ਜਿੱਦਾਂ ਨਰਵਸ ਸੀਗੇ ਅਸੀਂ, ਕੁਛ ਰਿਪੋਰਟ ਵਗੈਰਾ ਅਸੀਂ ਕੁਛ ਨਹੀਂ ਲਿਖਾਈ, ਤੁਹਾਨੂੰ ਪਤਾ ਇੱਥੇ ਦਾ ਸਿਸਟਮ ਜਿੱਦਾਂ, ਮੇਰੇ ਹਿਸਾਬ ਨਾਲ ਕੁਛ ਰਿਪੋਰਟ ਲਿਖਾਉਣ 'ਤੇ ਵੀ ਤੁਹਾਨੂੰ ਕੋਈ ਰਿਕਵਰੀ ਮਿਲਣੀ ਨਹੀਂ, ਹੈ ਨਾ। ਇਸ ਕਰਕੇ ਅਸੀਂ ਬੈਟਰ ਇਹ ਸਮਝਿਆ ਹੋਰ ਜ਼ਿਆਦਾ ਉੱਥੇ ਹਰਾਸਮੈਂਟ ਹੋਣ ਦੇ ਨਾ ਹੋਈ ਅਸੀਂ, ਕਿਉਂਕਿ ਉੱਥੇ ਲੋਕਾਂ ਨੇ ਤਮਾਸ਼ਾ ਦੇਖਣ ਨੂੰ ਇਕੱਠੇ ਹੋ ਜਾਣਾ ਸੀਗਾ, ਇਸ ਕਰਕੇ ਅਸੀਂ ਕੋਈ ਰਿਪੋਰਟ ਉੱਥੇ ਨਹੀਂ ਲਿਖਾਈ। ਇਹਦਾ ਇੱਕ ਪਾਸਪੋਰਟ ਸੀਗਾ ਇਹਦਾ ਜੀ ਆਪਣੇ $3800 ਸੀਗਾ, ਅਤੇ 1500 ਜਿਹੜਾ ਰਸ਼ੀਅਨ ਕਰੰਸੀ ਸੀ, 15,000 ਰਸ਼ੀਅਨ ਕਰੰਸੀ ਸੀਗੀ, ਅਤੇ 9,000 ਰੁਪਇਆ ਇੰਡੀਅਨ ਰੁਪੀ ਸੀਗਾ, ਅਤੇ ਇਹਦੇ ਘਰ ਦੀਆਂ ਚਾਬੀਆਂ ਸੀਗੀਆਂ ਉੱਧਰਲੀਆਂ, ਕਾਰਡ ਸੀਗੇ ਇੱਧਰ, ਰਸ਼ੀਅਨ ਕਾਰਡ ਸੀਗੇ ਇਹਦੇ। ਹੌਂਸਲਾ ਟੁੱਟਦਾ ਸਾਡਾ, ਹੁਣ ਨੈਕਸਟ ਟਾਈਮ ਇਹ ਆ ਵੀ ਥੋੜ੍ਹਾ ਹੋਰ ਅਸੀਂ ਕੇਅਰਫੁਲ ਰਹਾਂਗੇ, ਇਹ ਵੀ ਇਹਨਾਂ ਦਾ ਵੀ ਜਿੱਦਾਂ ਹੁਣ ਵਿਸ਼ਵਾਸ ਜਿੱਦਾਂ ਡੋਲਦਾ, ਜਿੱਦਾਂ ਵੀ ਸੋਚਣਗੇ ਲੱਖ ਵਾਰ ਵੀ ਆਉਣ ਤੋਂ ਪਹਿਲਾਂ। ਉੱਧਰ DSP ਫਗਵਾੜਾ ਜਸਪ੍ਰੀਤ ਸਿੰਘ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ DSP ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਉਕਤ ਮਹਿਲਾ ਦਾ ਪਰਸ ਖੋਇਆ ਜਾਣਾ ਪਾਇਆ ਗਿਆ ਹੈ, ਜਿਸ ਸੰਬੰਧੀ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਉਕਤ ਮਹਿਲਾ ਨਾਲ ਗੱਲਬਾਤ ਕੀਤੀ ਗਈ ਸੀ, ਜਿਸ ਵਿੱਚ ਉਸਨੇ ਦੱਸਿਆ ਕਿ ਰੇਲਵੇ ਸਟੇਸ਼ਨ ਦਾ ਪੁਲ ਪਾਰ ਕਰਨ ਸਮੇਂ ਉਕਤ ਲੁਟੇਰੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। DSP ਮੁਤਾਬਕ ਇਸ ਸੰਬੰਧੀ ਇਸ ਸਾਰੇ ਮਾਮਲੇ ਦੀ ਰੇਲਵੇ ਪੁਲਿਸ ਜਾਂਚ ਕਰ ਰਹੀ ਹੈ, ਅਤੇ ਅਗਰ ਉਹਨਾਂ ਨੂੰ ਫਗਵਾੜਾ ਪੁਲਿਸ ਦੀ ਵੀ ਜ਼ਰੂਰਤ ਪਵੇਗੀ ਤਾਂ ਉਹ ਜਾਂਚ ਵਿੱਚ ਪੂਰਾ ਸਾਥ ਦੇਣਗੇ। ਅੱਜ ਸਾਡੇ ਧਿਆਨ ਵਿੱਚ ਆਇਆ ਹੈ ਕਿ ਕਿਸੇ ਨਿੱਜੀ ਨਿਊਜ਼ ਚੈਨਲ 'ਤੇ ਖਬਰ ਚੱਲ ਰਹੀ ਹੈ, ਜਿਹਦੇ ਵਿੱਚ ਕਿ ਰਿਪੋਰਟ ਕੀਤਾ ਗਿਆ ਕਿ ਇੱਕ ਰਸ਼ੀਅਨ ਲੇਡੀ ਦਾ ਜਿਹੜਾ ਹੈਗਾ ਪਰਸ ਉਹ ਫਗਵਾੜੇ ਵਿੱਚ ਖੋਹ ਕੀਤਾ ਗਿਆ। ਇਸ ਨਿਊਜ਼ 'ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ, ਜਿਹੜਾ ਮੌਕਾ ਵਿਜ਼ਿਟ ਕੀਤਾ, ਜਿਹੜੇ ਰੇਲਵੇ ਸਟੇਸ਼ਨ ਤੋਂ ਜਿਹੜਾ ਹੈਗਾ ਉਹ ਲੇਡੀ ਦਾ ਪਰਸ ਖੋਇਆ ਜਾਣਾ ਪਾਇਆ ਗਿਆ, ਇਸ ਬਾਬਤ ਅਸੀਂ ਜਿਹੜਾ ਹੈਗਾ ਕੰਪਲੇਨੈਂਟ ਨਾਲ ਵੀ ਗੱਲ ਕੀਤੀ ਹੈ ਜੀ, ਅਤੇ ਉਹਨਾਂ ਦੇ ਵਰਜਨ ਦੇ ਅਨੁਸਾਰ ਜਦੋਂ ਉਹ ਪੁਲ ਟੱਪ ਰਹੇ ਸਨ ਰੇਲਵੇ ਸਟੇਸ਼ਨ ਦਾ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਇਹ ਖੋਹ ਅੰਜਾਮ ਦਿੱਤਾ ਗਿਆ, ਜੋ ਇਸ ਬਾਬਤ ਅਸੀਂ ਰੇਲਵੇ ਪੁਲਿਸ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ, ਅਤੇ ਅਗਲੇਰੀ ਕਾਰਵਾਈ ਜਿਹੜੀ ਹੈ ਰੇਲਵੇ ਪੁਲਿਸ ਵੱਲੋਂ ਅਮਲ ਵਿੱਚ ਲਿਆਤੀ ਜਾ ਰਹੀ ਹੈ, ਅਤੇ ਇਸ ਦੇ ਨਾਲ ਨਾਲ ਅਸੀਂ ਇਹ ਰੇਲਵੇ ਪੁਲਿਸ ਨੂੰ ਜਿਸ ਤਰ੍ਹਾਂ ਦੀ ਸਹਾਇਤਾ ਫਗਵਾੜਾ ਪੁਲਿਸ ਵੱਲੋਂ ਚਾਹੀਦੀ ਹੋਊਗੀ ਉਹ ਮੁਹੱਈਆ ਕਰਾਈ ਜਾਊਗੀ।